ਬਾਬੇਪੁਰਾਣਾ ਵਿੱਚ ਪਿਛਲੀ ਅਕਾਲੀ ਸਰਕਾਰ ਵੱਲੋਂ ਪਾਈ ਗਈ ਸੀਵਰੇਜ ਦੀ ਅੱਜ ਉਸ ਵੇਲੇ ਫੂਕ ਨਿਕਲ ਗਈ ਜਦੋਂ ਇੱਕ ਟਰਾਲਾ ਨਿਹਾਲ ਸਿੰਘ ਵਾਲਾ ਰੋਡ ਉੱਪਰ ਬ੍ਰੇਕ ਮਾਰਨ ਵੇਲੇ ਸੜਕ ਵਿੱਚ ਜਾ ਫਸਿਆ। ਇਹ ਪਹਿਲੀ ਵਾਰ ਨਹੀਂ ਸੀ ਕਿ ਬਾਬੇਪੁਰਾਣਾ ਵਿੱਚ ਕਦੇ ਕੋਈ ਵਾਹਨ ਧੱਸਿਆ ਨਾ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਵੀ ਉਸ ਸੜਕ ਉੱਪਰ ਧਰਨਾ ਲਗਾਇਆ ਗਿਆ ਤੇ ਸੀਵਰੇਜ ਦੀ ਜਾਂਚ ਦੀ ਮੰਗ ਕੀਤੀ ਗਈ। ਥਾਣਾ ਬਾਬੇਪੁਰਾਣਾ ਦੇ SHO ਜਗਜੀਤ ਸਿੰਘ ਰੰਧਾਵਾ ਵੀ ਮੌਕੇ ਉੱਪਰ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਅਤੇ ਟ੍ਰੈਫਿਕ ਦੀ ਵਿਵਸਥਾ ਨੂੰ ਕਾਇਮ ਕੀਤਾ। ਬਾਬੇਪੁਰਾਣਾ ਦੇ ਸੀਨੀਅਰ ਕਾਂਗਰਸੀ ਆਗੂ ਯੋਧਾ ਬਰਾੜ ਨੇ ਵੀ ਸੀਵਰੇਜ ਵਿੱਚ ਘਟੀਆ ਮਟੀਰੀਅਲ ਲਾਉਣ ਸੰਬੰਧੀ ਸਰਕਾਰ ਤੇ ਕਾਰਵਾਈ ਦੀ ਮੰਗ ਕੀਤੀ। ਮੈਂ ਉਦੋਂ ਵੀ ਰੌਲਾ ਪਾਇਆ ਸੀ, ਬਹੁਤ ਜ਼ਿਆਦਾ ਤੁਹਾਨੂੰ ਪ੍ਰੈਸ ਨਾਲ ਸਭ ਨੂੰ ਪਤਾ ਇਸ ਗੱਲ ਦਾ ਵੀ ਸੀਵਰੇਜ ਮਾੜਾ ਪਾਉਣ ਲੱਗੇ, ਤੁਸੀਂ ਮਟੀਰੀਅਲ ਮਾੜਾ ਲਾਉਣ ਲੱਗਿਆ ਤੁਸੀਂ 22 ਕਰੋੜ ਰੁਪਈਆ ਆਇਆ ਸੀ ਸਾਡੇ ਬਾਘੇ ਪੈਣ ਨੂੰ, 17 ਕਰੋੜ ਰੁਪਈਆ ਨੇ ਖਰਚ ਦਿਖਾਤਾ ਅਤੇ ਇਹਨਾਂ ਨੇ 17 ਕਰੋੜ ਦਾ ਖਰਚ ਕੀਤਾ, ਉਹ ਮਾੜੇ ਪੈਪ, ਮਾੜੀਆਂ ਹੌਜੀਆਂ, ਮਾੜਾ ਸੀਮੈਂਟ। ਮੈਂ ਤੁਹਾਨੂੰ ਇਹ ਕੀ ਦੱਸਾਂ ਵੀ ਸੀਮੈਂਟ ਲਿਆਈ ਸੀ ਇਹ ਰਾਜਸਥਾਨ 'ਚੋਂ ਜਿਹੜਾ ਘੱਟ ਕੀਮਤ 'ਤੇ ਮਿਲਦਾ, ਮਾੜਾ ਸੀਮੈਂਟ ਲਾਇਆ ਇਹਨਾਂ ਨੇ। ਉਦੋਂ ਬਹੁਤ ਰੌਲਾ ਪਾਇਆ, ਮੈਂ ਪ੍ਰੈਸ 'ਚ ਵੀ ਗਿਆ, ਪ੍ਰੈਸਾਂ ਨੇ ਵੀ ਕਿਹਾ, ਬਹੁਤ ਉਹ ਕੀਤਾ, ਪਰ ਲੇਕਿਨ ਸੁਣੀ ਨੇ ਮੇਰੀ ਗੱਲ ਕੀ। ਅਕਾਲੀ ਦਲ ਦਾ ਡਿਪਟੀ ਮੁੱਖ ਮੰਤਰੀ ਸ਼ਬਦ ਪੱਥਰ ਲਾ ਕੇ ਗਿਆ ਸੀ ਇੱਥੇ, ਹੁਣ ਸਾਡੀ ਸਰਕਾਰ ਬਣ ਗਈ। ਮੈਂ ਦਰਖਾਸਤ ਪਹਿਲਾਂ ਕੀਤੀ ਸੀ, ਹੁਣ ਮੈਂ ਤੁਹਾਨੂੰ ਇਹ ਯਕੀਨ ਨਾਲ ਕਹਿ ਸਕਦਾ ਗੱਲ ਵੀ ਇਹਦੀ ਇਨਕੁਆਇਰੀ ਵਿਜੀਲੈਂਸ ਤੋਂ ਵੀ ਕਰਾਵਾਂਗੇ, ਇਹਦੀ ਇਨਕੁਆਇਰੀ ਇਹ ਸਥਾਨ ਸਕਾਲਾ ਮੰਤਰੀ ਸਿੱਧੂ ਸਭ ਉਹਨਾਂ ਤੋਂ ਕਰਾਵਾਂਗੇ। ਮੈਂ ਆਪ ਖੁਦ ਲਿਖ ਕੇ ਦਊਂਗਾ ਵੀ ਸਾਡੇ ਸੀਵਰੇਜ ਦੇ 17 ਕਰੋੜ ਰੁਪਏ ਆਇਆ ਸੀ, ਲੇਕਿਨ ਉਹ ਉੱਥੋਂ ਦਾ ਉਸ ਟਾਈਮ ਦਾ MLA, ਉਸ ਟਾਈਮ ਦਾ ਪ੍ਰਧਾਨ ਮੋਸ਼ਨ ਕਮੇਟੀ ਦਾ, ਉਸ ਟਾਈਮ ਠੇਕੇਦਾਰ, ਸਾਰੇ ਪੈਸੇ ਖਾ ਗਏ। ਮੈਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਇਸ ਸੀਵਰੇਜ ਦੀ ਜਾਂਚ ਹੋਣੀ ਚਾਹੀਦੀ ਹੈ, ਸੜਕ ਦੀ ਜਾਂਚ ਹੋਣੀ ਚਾਹੀਦੀ ਹੈ, ਜਿਹੜਾ ਘਟੀਆ ਮਟੀਰੀਅਲ ਪਾਇਆ ਗਿਆ ਉਹਦੀ ਜਾਂਚ ਹੋਣੀ ਚਾਹੀਦੀ। ਅਸੀਂ 25 ਵਾਰੀ ਅੱਜ ਤੋਂ ਪਹਿਲਾਂ ਮੰਗ ਪੱਤਰ ਦੇ ਚੁੱਕੇ ਹਾਂ ਜਿਹੜਾ ਕਿ ਪ੍ਰਸ਼ਾਸਨ ਦੇ ਕੋਲ ਆ। ਅੱਜ ਤੋਂ 13 ਦਿਨ ਪਹਿਲਾਂ ਮੈਂ ਆਪਦੇ ਲੈਵਲ 'ਤੇ ਦਰਖਾਸਤ ਵੀ ਦਿੱਤੀ ਸੀਗੀ, ਮੈਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਸੀਗੀ ਜਿਹੜੀ ਸੜਕ ਬਣਾਈ ਆ ਇਹਦਾ ਜਿਹੜੀ ਆ ਜਾਂਚ ਕੀਤੀ ਜਾਵੇ, ਕੀ ਇਹਨਾਂ ਦੇ ਠੇਕੇਦਾਰਾਂ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਪੰਜਾਬੀ ਸਰਗਰਮੀਆਂ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।